ਇਹ ਤਸਵੀਰਾਂ 'ਚ ਨਜ਼ਰ ਆ ਰਹੀ ਕੁੜੀ ਨੀਲਮ ਰਾਣੀ ਹੈ, ਜਿਸ ਦਾ ਵਿਆਹ ਅਜੇ 3 ਮਹੀਨੇ ਪਹਿਲਾਂ ਹੀ ਪੱਟੀ ਪੂਰਨ ਦੇ ਰਹਿਣ ਵਾਲੇ ਫੌਜੀ ਮਿੱਠਣ ਸਿੰਘ ਨਾਲ ਹੋਇਆ ਸੀ, ਜਿਸ ਦੀਆਂ ਬਾਹਾਂ 'ਚ ਅਜੇ ਰੰਗਲਾ ਚੂੜਾ ਤੇ ਹੱਥਾਂ ਦੀ ਮਹਿੰਦੀ ਵੀ ਫਿੱਕੀ ਨਹੀਂ ਸੀ ਪਈ ਕਿ ਇਸ ਦਾ ਫੌਜੀ ਪਤੀ ਛੁੱਟੀ ਚਲਾ ਗਿਆ। ਤੇ ਜਿਸ ਤੋਂ ਬਾਅਦ ਪਰਿਵਾਰ ਮੁਤਾਬਕ ਜਿਸ ਨੀਲਮ ਨੂੰ ਸਹੁਰਾ ਆਪਣੀ ਧੀ ਬਣਾ ਕੇ ਲਿਆਇਆ ਸੀ, ਉਸੇ ਨੇ ਨੀਲਮ ਰਾਣੀ ਦੇ ਮਾੜੀ ਅੱਖ ਰੱਖਣੀ ਸ਼ੁਰੂ ਕਰ ਦਿੱਤੀ। ਫੌਜੀ ਦੇ ਡਿਊਟੀ ਦੇ ਹੋਣ ਦੇ ਕਾਰਨ ਉਹ ਤਰ੍ਹਾਂ ਤਰ੍ਹਾਂ ਆਪਣੀ ਨੂੰਹ ਨੂੰ ਸਰੀਰਕ ਸੰਬੰਧ ਬਣਾਉਣ ਨੂੰ ਮਜਬੂਰ ਕਰਦਾ ਰਿਹਾ, ਇਹ ਜਾਣਦੇ ਹੋਏ ਵੀ ਕਿ ਉਸਦੀ ਕੁੱਖ 'ਚ ਉਸ ਫੌਜੀ ਮੁੰਡੇ ਦੀ ਔਲਾਦ ਵੱਧ ਫੁੱਲ ਰਹੀ ਹੈ। ਪਰਿਵਾਰ ਮੁਤਾਬਕ ਬੀਤੇ ਦਿਨੀ ਫੌਜੀ ਦੇ ਪਿਓ ਨੇ ਸ਼ਰਾਬ ਪੀ ਕੇ ਕੁੜੀ ਨਾਲ ਧੱਕਾ ਕਰ ਦਿੱਤਾ, ਫਿਰ ਗਲਾ ਘੁੱਟ ਕੇ ਮਾਰ ਦਿੱਤੀ। ਪਹਿਲੇ 1-2 ਦਿਨ ਫੋਨ ਆਇਆ ਸੀ, ਕਦੀ ਮੰਮੀ ਮੈਨੂੰ ਕੀਤਾ ਸੀ ਕਿ ਮੇਰਾ ਸਹੁਰਾ ਮਾੜੀ ਨੀਤ ਨਾਲ ਰਹਿੰਦਾ ਹੈ, ਅਤੇ ਫਿਰ ਦੂਸਰੇ ਦਿਨ ਫੋਨ ਕਰਤਾ ਸੀ ਅਤੇ ਵੀ ਇਹਦੇ ਆਓ ਫਿਰ ਤੁਹਾਡੀ ਕੁੜੀ ਲੜਦੀ, ਅਤੇ ਫਿਰ ਗਏ ਅਤੇ ਉਹਦੇ ਵਿੱਚ ਉਹਨੇ ਗਲਾ ਘੁੱਟ ਅਤੇ ਮਾਰ ਦਿੱਤਾ ਹੈ। ਅਤੇ ਮਿੱਠਣ ਸਿੰਘ ਨਾਲ ਵਿਆਹ ਨੂੰ ਚੌਥਾ ਮਹੀਨਾ ਚੜਿਆ ਸੀ, ਸਾਹਮਣੇ ਆਈ ਸੀ ਆਪਦੀ ਮੰਮੀ ਮੈਨੂੰ ਫੋਨ ਕਰਦੀ ਸੀ ਕਿ ਮੇਰਾ ਸਹੁਰਾ ਭੈੜੀ ਨੀਤ ਨਾਲ ਰਹਿੰਦਾ ਹੈ, ਅਤੇ ਉਹ ਫੌਜੀ ਸਾਹਿਬ ਤਾਂ ਆਪਦਾ ਡਿਊਟੀ 'ਤੇ ਗਿਆ ਸੀ, ਫਿਰ ਉਹਦੇ ਪਿੱਛੇ ਉਹ ਵੀ ਬਦਲ ਗਿਆ ਕਿ ਉਹ ਉਹਦੇ ਨਾਲ ਰਹਿ ਲੈ ਤੇ ਅਤੇ ਉਹ ਰਾਤ ਗਲਾ ਘੁੱਟਦੇ ਬਲਾਤ ਕਰਦੇ ਉਹਦੇ ਸਹੁਰੇ ਨੇ ਜੀ। ਹਾਂਜੀ ਪੂਰਾ ਸ਼ੱਕ ਹੈ ਜੀ, ਮੰਗ ਅਸੀਂ ਇਹ ਕਰਨੇ ਸਾਡਾ ਪਰਚਾ ਹੋ ਜਾਵੇ ਤੇ ਇਨਸਾਫ਼ ਹੋਵੇ ਸਾਡੇ ਗਰੀਬ ਬੰਦਿਆਂ ਨਾਲ। ਅਤੇ ਉਸ ਤੋਂ ਬਾਅਦ ਇਹਨਾਂ ਦੀ ਇਹ ਜਿਹੜਾ ਸੀ ਗੁਰਮੇਲ ਸਿੰਘ ਸ਼ਰਾਬ ਬਹੁਤ ਪੀਂਦਾ ਸੀ, ਇਸ ਕਾਰਨ ਜਿਹੜਾ ਫੌਜੀ ਮਿੱਠਣ ਸਿੰਘ ਸੀ ਉਹ ਡਿਊਟੀ 'ਤੇ ਰਹਿੰਦਾ ਸੀ, ਡਿਊਟੀ 'ਤੇ ਉੱਥੇ ਉਹ ਹੈਗੇ ਸੀ, ਇਹਨਾਂ ਦੇ ਆਪਸ ਤਾਲਮੇਲ ਕਰਕੇ ਇਹਨੇ ਨੇ ਗੁਰਮੇਲ ਸਿੰਘ ਨੇ ਜੋ ਧੱਕਾ ਕੀਤਾ ਸ਼ਰਾਬ ਪੀ ਕੇ ਕੁੜੀ ਦੇ ਗਲ ਪਿਆ, ਇੱਜ਼ਤ ਖਰਾਬ ਕੀਤੀ ਬਲਾਤਕਾਰ ਦਾ, ਅਤੇ ਉਸ ਕਾਰਨ ਜਿਵੇਂ ਉਹ ਕੁੜੀ ਜਿਹੜੀ ਸੀ ਉਹਨੂੰ ਉਸ ਕਾਰਨ ਦੇ ਵਿੱਚ ਇਹਨੂੰ ਘੁੱਟ ਕੇ ਮਾਰ ਦਿੱਤੀ ਗਈ। ਸਾਨੂੰ ਮੋਟਰਸਾਈਕਲ ਨਹੀਂ ਮਿਲਿਆ, ਸਾਨੂੰ ਬੁਲਟ ਨਹੀਂ ਮਿਲਿਆ, ਸਾਡੀ ਬੇਟੀ ਨੂੰ ਉਹ ਨਾ ਯਾ ਦਾਜ ਦੀ ਖਾਤਰ ਵੀ ਮਾਰਤਾ, ਉਹਦਾ ਸਹੁਰਾ ਬੇਈਮਾਨ ਸੀ, ਮੁੰਡੇ ਘਰੇ ਨਹੀਂ, ਫੌਜੀ ਤਾਂ 3 ਡਿਊਟੀ 'ਤੇ ਸੀ। ਸਾਨੂੰ ਸੂਚਨਾ ਫੂਲਾ ਸਿੰਘ ਦੱਸਿਆ ਵਿਆਹ ਤਾਂ ਕੁੜੀ ਆਪਣੀ ਨੂੰ ਮਾਰਤਾ ਨੇ, ਤੂੰ ਸਾਡੇ ਨਾਲ ਚੱਲੋ, ਅਸੀਂ ਪੰਚਾਇਤ ਤੋਂ ਉੱਥੇ ਨਾਲ ਆਏ ਹਾਂ। ਕੁੜੀ ਦੇ ਇੱਥੇ ਨਿਸ਼ਾਨ ਦੋਨਾਂ ਪਾਸੇ ਨਿਸ਼ਾਨ ਸੀ ਦੇਖੇ ਨੇ, ਅਤੇ ਦੇਖ ਕੇ ਤੂੰ ਕੱਪੜਾ ਪਾਇਆ ਤਾਂ ਅਸੀਂ ਦੇਖ ਕੇ, ਫਿਰ ਅਸੀਂ ਪੁਲਿਸ ਨੂੰ ਜਾ ਕੇ ਆਇਆ ਬਾਈ ਦਰਖਾਸਤ ਦਿੰਦੇ ਹਾਂ, ਉਹ ਕਹਿੰਦੇ ਤੁਹਾਡੀ ਦਰਖਾਸਤ 181 ਨੰਬਰ 'ਤੇ ਆ ਚੁੱਕੀ ਹੈ, ਤੁਹਾਨੂੰ ਲੋੜ ਨਹੀਂ ਦਰਖਾਸਤ ਦੇਣ ਦੀ, ਤੁਹਾਡੀ ਕਾਰਵਾਈ ਪੂਰੀ ਕੀਤੀ ਜਾ ਜੀ। ਡਾਕਟਰ ਕਹਿੰਦੇ ਨੇ ਜੀ ਹੁਣ ਤੁਹਾਨੂੰ ਰੈਫਰ ਕਰ ਦਿੱਤਾ ਗਿਆ ਕਿ ਤੁਹਾਡੇ ਕਾਰ ਵੀ ਉੱਥੇ ਇਹਦੇ ਫਰੀਦਕੋਟ ਪੋਸਟਮਾਰਟਮ ਕੀਤਾ ਜਾਏਗਾ। ਉਧਰ ਪੁਲਿਸ ਵਾਲਿਆਂ ਦਾ ਕਹਿਣਾ ਹੈ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਨੂੰ ਅੰਜਾਮ ਦਿੱਤਾ ਜਾਵੇਗਾ। ਨੀਲਮ ਰਾਣੀ ਪਤਨੀ ਮਿੱਠਣ ਸਿੰਘ ਵਾਸੀ ਟਾਲੀ ਵਾਲਾ ਬੋਦਲਾ ਦੀ ਰਹਿਣ ਵਾਲੀ ਸੀ, ਜਿਸ ਦੀ ਮੌਤ ਹੋ ਗਈ ਸੀ, ਅਤੇ ਹਸਪਤਾਲ ਲੈ ਕੇ ਆਉਂਦਾ ਸੀ, ਉਹਦੇ ਪਿਓ ਨੇ ਬਿਆਨ ਲਿਖਾਇਆ ਜੀ ਫੂਲਾ ਸਿੰਘ ਨੇ, ਅਤੇ ਫਿਲਹਾਲ 174 ਦੀ ਕਾਰਵਾਈ ਕਰ ਰਹੇ ਹਾਂ, ਅਤੇ ਉਹ ਕਹਿੰਦਾ ਮੈਂ ਪੋਸਟਮਾਰਟਮ ਕਰਾਉਣਾ ਜੀ, ਉਹ ਕਰਾ ਰਿਹਾ ਜੀ, ਪੋਸਟਮਾਰਟਮ ਜੈਸੀ ਸੂਰਤ ਹੋਏਗੀ ਬਸ ਕਾਰਵਾਈ ਮੈਂ ਚੱਲਣੀ ਜੀ। ਅੱਛਾ, ਬਾਕੀ ਹੁਣ ਡਾਕਟਰਾਂ ਨੇ ਬੋਰਡ ਬੰਨਿਆ ਅਤੇ ਫਰੀਦਕੋਟ ਡੈੱਡ ਬੋਡੀ ਰੈਫਰ ਕਰਤੀ, ਉੱਥੇ ਲੈ ਕੇ ਜਾ ਰਹੇ ਹਾਂ, ਜੋ ਵੀ ਰਿਪੋਰਟ ਆਏਗੀ ਜੈਸੀ ਸੂਰਤ ਹੋਏਗੀ ਬਸ ਕਾਰਵਾਈ। ਇਹ ਕੋਈ ਪਹਿਲਾ ਮਾਮਲਾ ਨਹੀਂ ਜਦੋਂ ਸਹੁਰਾ ਪਰਿਵਾਰ ਤੋਂ ਪਰੇਸ਼ਾਨ ਹੋ ਕੇ ਕਿਸੇ ਕੁੜੀ ਦੀ ਜਾਨ ਗਈ ਹੋਵੇਗੀ, ਸਗੋਂ ਪਤਾ ਨਹੀਂ ਹੁਣ ਤੱਕ ਅਜਿਹੀਆਂ ਕਿੰਨੀਆਂ ਨੀਲਮ ਰਾਣੀਆਂ ਹੋਣਗੀਆਂ ਜੋ ਆਪਣੇ ਵਿਆਹ ਤੋਂ ਬਾਅਦ ਨਵੇਂ ਨਵੇਂ ਸੁਪਨੇ ਲੈ ਕੇ ਸਦਾ ਲਈ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਈਆਂ। ਹੁਣ ਜ਼ਰੂਰਤ ਹੈ ਕਿ ਪੁਲਿਸ ਵਾਲੇ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਕੇ ਜੇਕਰ ਮਾਮਲੇ 'ਚ ਕੋਈ ਵੀ ਮੁਲਜ਼ਮ ਪਾਇਆ ਜਾਂਦਾ ਤਾਂ ਉਸ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ। ਬਿਊਰੋ ਰਿਪੋਰਟ, ਹਕੀਕਤ ਟੀਵੀ ਪੰਜਾਬੀ।